ਮੇਰਾ ਇੱਕ ਕੁਇੰਟਲ 2 ਕਿਲੋ ਵਜ਼ਨ ਸੀ। ਇੱਕ ਟਾਈਪ ਦਾ ਮੈਂ ਡਿੱਗ ਵੀ ਪਿਆ ਸੀ, ਜੋ ਕਿ ਸਾਹ ਚੜ੍ਹਦਾ ਸੀ ਜਾਂ ਜੋ ਵੀ ਮੈਂ ਥੋੜ੍ਹੇ ਤੋਂ ਥੋੜ੍ਹਾ ਵੀ ਖਾਂਦਾ ਸੀ ਤਾਂ ਮੈਨੂੰ ਫਰੇਮ ਆਉਂਦਾ ਸੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਦੇਵ ਸਿੰਘ, ਪਿੰਡ ਬਲਵਾੜ ਕਲਾਂ ਦੇ ਰਹਿਣ ਵਾਲਾ ਹਾਂ, ਜ਼ਿਲ੍ਹਾ ਸੰਗਰੂਰ। ਮੈਨੂੰ ਕਿਸੇ ਟਾਈਮ ਇੰਨੀ ਦਿੱਕਤ ਆ ਗਈ ਸੀ ਕਿ ਮੈਂ ਬਹੁਤ ਜ਼ਿਆਦਾ ਔਖਾ ਸੀ। ਇੱਕ ਟਾਈਮ ਤਾਂ ਮੈਂ ਡਿੱਗ ਵੀ ਪਿਆ ਸੀ। ਉਸ ਤੋਂ ਬਾਅਦ ਜਦ ਮੈਂ ਡਾਕਟਰ ਸਾਹਿਬ ਦੀ ਰਾਇ ਲਈ ਪਟਿਆਲੇ ਤੋਂ, ਉਹਨਾਂ ਨੇ ਮੈਨੂੰ ਮੋਟਾਪੇ ਬਾਰੇ ਕਿਹਾ ਵੀ ਤੁਸੀਂ ਮੋਟਾਪੇ 'ਤੇ ਕੰਟਰੋਲ ਕਰੋ, ਵੀ ਤੁਹਾਡਾ ਜਿਹੜੀ ਇਹ ਬਿਮਾਰੀ ਹੈ ਬਹੁਤ ਜ਼ਿਆਦਾ ਭਿਆਨਕ ਹੈ, ਵੀ ਤਾਂ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਕੰਟਰੋਲ ਕਰੋ। ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਦਾ ਨੰਬਰ ਲੈ ਕੇ ਡਾਕਟਰ ਅਮਿਤ ਸੂਦ ਨਾਲ ਗੱਲ ਕੀਤੀ। ਇਹਨਾਂ ਨੇ ਮੈਨੂੰ ਸਮਝਾਇਆ ਸਾਰੀ ਗੱਲ, ਪੂਰਾ ਚੈੱਕਅਪ ਕਰਕੇ, ਜੋ ਕਿ ਵੀ ਹਾਰਟ ਦਾ ਮਰੀਜ਼ ਹੋਣ ਦੇ ਕਾਰਨ ਵੀ ਇਹਨਾਂ ਨੇ ਆਪਰੇਸ਼ਨ ਕੀਤਾ। ਮੇਰਾ ਉਸ ਟਾਈਮ ਆਪਰੇਸ਼ਨ ਦੇ ਟਾਈਮ ਮੇਰਾ 1 ਕੁਇੰਟਲ 2 ਕਿਲੋ ਵਜ਼ਨ ਸੀ, ਜੋ ਕਿ ਅੱਜ 1.5 ਮਹੀਨੇ ਬਾਅਦ ਦੁਬਾਰੇ ਅਸੀਂ ਇੱਥੇ ਚੈੱਕਅਪ ਕਰਾਉਣ ਆਏ ਸੀ। ਮੇਰਾ ਵਜ਼ਨ ਇਸ ਟਾਈਮ 86 ਕਿਲੋ ਹੈ। ਜਿਹੜੀਆਂ ਮੇਰੀਆਂ ਦਿੱਕਤਾਂ ਤੀਆਂ, ਜੋ ਕਿ ਸਾਹ ਚੜ੍ਹਦਾ ਸੀ ਜਾਂ ਘਰਾੜੇ ਵੱਜਦੇ ਤੇ ਜਾਂ ਜੋ ਵੀ ਮੈਂ ਥੋੜ੍ਹੇ ਤੋਂ ਥੋੜ੍ਹਾ ਵੀ ਖਾਂਦਾ ਸੀ ਤਾਂ ਮੈਨੂੰ ਫਰੇਮ ਆਉਂਦਾ ਸੀ, ਉਹ ਸਾਰੀਆਂ ਮੁਸ਼ਕਲਾਂ ਤੋਂ ਇਸ ਟਾਈਮ ਮੈਨੂੰ ਛੁਟਕਾਰਾ ਮਿਲ ਗਿਆ। ਮੈਂ ਜੋ ਵੀ ਕੋਈ ਹਾਰਟ ਦਾ ਮਰੀਜ਼ ਹੈ ਜਾਂ ਕੋਈ ਮੋਟਾਪੇ ਦਾ, ਕੋਈ ਡਰਨ ਵਾਲਾ ਇਹ 'ਚ ਕੋਈ ਚੱਕਰ ਨਹੀਂ ਹੈਗਾ। ਜਿਹੜਾ ਇੱਥੇ ਪ੍ਰਬੰਧ ਹੈ, ਪੂਰਾ ਜ਼ਿਆਦਾ ਪ੍ਰਬੰਧ ਹੈ ਇਹਨਾਂ ਦਾ ਕਰਾਇਆ, ਪੂਰੀ ਚੈੱਕਅਪ ਕਰਕੇ ਉਸ ਤੋਂ ਬਾਅਦ ਹੀ ਆਪਰੇਸ਼ਨ ਕਰਦੇ ਨੇ। ਮੈਂ ਮੇਰੇ ਵੀਰਾਂ ਨੂੰ ਇਹੀ ਕਹਿਣਾ ਵੀ ਕੋਈ ਡਰਨ ਵਾਲਾ ਚੱਕਰ ਨਹੀਂ ਹੈਗਾ, ਜੋ ਮੋਟਾਪੇ ਤੋਂ ਪਰੇਸ਼ਾਨ ਨੇ ਉਹ ਆ ਕੇ ਡਾਕਟਰ ਸਾਹਿਬ ਨੂੰ ਮਿਲੋ, ਇਹਨਾਂ ਦੀ ਰਾਏ ਲਓ, ਜੋ ਕਿ ਇਹ ਜੋ ਵੀ ਇੱਥੇ ਰਾਏ ਦੇਣਗੇ ਵਧੀਆ ਦੇਣਗੇ। ਬਾਕੀ ਜੋ ਵੀ ਇੱਥੇ ਸਟਾਫ ਹੈ ਅਤੇ ਬੇਟੀਆਂ ਨੇ ਬਹੁਤ ਜ਼ਿਆਦਾ ਪਿਆਰ ਲੈਂਦੀਆਂ ਨੇ, ਬਹੁਤ ਵਧੀਆ ਜਣੇ ਕੇਅਰ ਕਰਦੀਆਂ ਨੇ ਆਪਣੇ ਬੱਚਿਆਂ ਨੂੰ ਸਾਂਭਦੀਆਂ। ਹਾਂਜੀ, ਜੋ ਵੀ ਇਹਨਾਂ ਨੂੰ ਮੋਗੇ ਦੇ ਵਿੱਚ ਡਾਕਟਰ ਸਾਹਿਬ ਬਹਿੰਦੇ ਨੇ, ਜੋ ਕਿ ਮੋਟਾਪੇ ਤੋਂ ਪਰੇਸ਼ਾਨ ਨੇ, ਇੱਥੇ ਆ ਕੇ ਦੇਖਿਆ ਮੇਰੇ ਤੋਂ ਜ਼ਿਆਦਾ ਵੀ ਬਹੁਤ ਬਹੁਤ ਮੋਟਾਪੇ ਵਾਲੇ, 1.5 ਕੁਇੰਟਲ ਵਾਲੇ, 2.25 ਕੁਇੰਟਲ ਵਾਲੇ ਵਜ਼ਨ ਵਾਲੇ ਇੱਥੇ ਬੰਦੇ ਆਉਂਦੇ ਨੇ, ਜਿਨ੍ਹਾਂ ਨੇ ਡਾਕਟਰ ਸਾਹਿਬ ਦੀ ਰਾਇ ਲੈ ਕੇ ਆਪਰੇਸ਼ਨ ਕਰਵਾਇਆ। ਇਸ ਟਾਈਮ ਉਹ ਪੂਰਾ ਸੈੱਟ ਨੇ। ਮੈਂ ਜੋ ਵੀ ਮੇਰੀ ਵੀਡੀਓ ਦੇਖੂਗਾ, ਮੈਂ ਉਹਨਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਵੀ ਤੁਸੀਂ ਆ ਕੇ ਡਾਕਟਰ ਸਾਹਿਬ ਨਾਲ ਗੱਲਬਾਤ ਕਰੋ, ਇਹ ਗਲਤ ਰਾਏ ਨਹੀਂ ਦਿੰਦੇ ਹਨ, ਸਹੀ ਰਾਏ ਦੇਣਗੇ, ਜੋ ਵੀ ਆਪਣਾ ਸਹੀ ਇਲਾਜ ਹੋਊਗਾ ਉਹ ਵੀ ਸਹੀ ਇਲਾਜ ਕਰਨਗੇ। ਆ ਕੇ ਮੋਟਾਪੇ ਤੋਂ ਛੁਟਕਾਰਾ ਜਾਂ ਬਿਮਾਰੀਆਂ ਤੋਂ, ਕੋਈ ਸ਼ੂਗਰ ਦਾ ਮਰੀਜ਼ ਹੈ ਜਾਂ ਕੋਈ ਵੀ ਹਾਰਟ ਦਾ ਮਰੀਜ਼ ਹੈ, ਉਹਨਾਂ ਤੋਂ ਛੁਟਕਾਰਾ ਪਾਓ। ਮੈਂ ਸਾਰੇ ਵੀਰਾਂ ਨੂੰ ਬਸ ਇਹੀ ਬੇਨਤੀ ਕਰਦਾ ਵੀ ਆ ਕੇ ਡਾਕਟਰ ਸਾਹਿਬ ਨੂੰ ਮਿਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।